ਸਿਰਜਣਾ ਦਿਵਸ ਤੇ ਵਿਸਾਖੀ ਦੀ ਸਮੂਹ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ। ਅੱਜ ਦੇ ਦਿਨ 'ਚ ਖਾਲਸਾ ਪੰਥ ਦੀ ਸਿਰਜਣਾ ਕਰਕੇ ਕਲਗੀਧਰ ਪਿਤਾ ਨੇ ਬਹੁਤ ਵੱਡੀ ਕਿਰਪਾ ਇਸ ਪੰਥ ਦੇ ਉੱਤੇ ਕੀਤੀ, ਆਪਣਾ ਸਭ ਕੁਛ ਵਾਰ ਕੇ। ਅੱਜ ਇੱਕ ਵਾਰ ਫਿਰ ਸਮਾਂ ਹੈ ਕਿ ਅਸੀਂ ਗੁਰੂ ਸਾਹਿਬ ਦੀ ਉਸ ਕੁਰਬਾਨੀਆਂ ਨੂੰ ਯਾਦ ਕਰੀਏ ਜਿਸ ਕਰਕੇ ਅੱਜ ਇਹ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਹੈ। ਇਨ ਪੁੱਤਰਨ ਕੇ ਸੀਸ ਪਰ ਵਾਰ ਵੀ ਇਹ ਸੁਖ ਚਾਰ, ਚਾਰ ਨੂੰ ਇਹ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਅੱਜ ਗੁਰੂ ਸਾਹਿਬ ਦੀ ਕੁਰਬਾਨੀਆਂ ਸਦਕਾ ਇਹ ਪੰਥ ਚੜ੍ਹਦੀ ਕਲਾ ਵਿੱਚ ਹੈ। ਜਿੱਥੇ ਵਿਸਾਖੀ ਦੀ ਖੁਸ਼ੀਆਂ ਵੀ ਹੈਗੀਆਂ, ਸਿਰਜਣਾ ਦਿਵਸ ਦੀ ਵੀ ਖੁਸ਼ੀਆਂ ਹਨ, ਲੇਕਿਨ ਕਿਤੇ ਨਾ ਕਿਤੇ ਮਨ ਨੂੰ ਮਹਿਸੂਸ ਜ਼ਰੂਰ ਹੁੰਦਾ ਹੈ ਕਿ ਅੱਜ ਦੇ ਦਿਨ ਸਿੱਖ ਸੰਗਤਾਂ ਅਨੰਦਪੁਰ ਸਾਹਿਬ 'ਚ, ਤਲਵੰਡੀ ਸਾਬੋ ਤਖ਼ਤ ਸਾਹਿਬ 'ਚ ਅਸੀਂ ਹਾਜ਼ਰੀਆਂ ਭਰ ਕੇ ਗੁਰੂ ਦੀ ਖੁਸ਼ੀਆਂ ਲੈਂਦੇ ਸੀ। ਅੱਜ ਦੁਨੀਆ ਦੇ ਹਾਲਾਤ ਇਹੋ ਜਿਹੇ ਹੋਣ ਕਰਕੇ ਭਾਵੇਂ ਸਾਨੂੰ ਅੱਜ ਘਰੇ ਰਹਿਣਾ ਪੈ ਰਿਹਾ ਹੈ, ਲੇਕਿਨ ਮੈਂ ਜ਼ਰੂਰ ਬੇਨਤੀ ਕਰਾਂਗੀ ਕਿ ਸਮਾਂ ਕੱਢ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਭਰ ਕੇ ਮਨ ਨਾਲ ਧਿਆਨ ਕਰਕੇ ਅੱਜ ਇੱਥੇ ਗੁਰੂ ਸਾਹਿਬ ਦੀ ਸ਼ੁਕਰਾਨਾ ਕਰੀਏ, ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰੀਏ ਅਤੇ ਜ਼ਰੂਰ ਇਸ ਸਮੇਂ 'ਚ ਅਰਦਾਸਾਂ ਬੇਨਤੀਆਂ ਕਰੀਏ ਕਿ ਦੁਨੀਆ ਵਿੱਚ, ਦੇਸ਼ ਵਿੱਚ, ਸੂਬੇ ਵਿੱਚ ਜਿਹੜੀ ਇਹ ਬਿਮਾਰੀ ਫੈਲੀ ਹੋਈ ਹੈ, ਇਸ ਬਿਮਾਰੀ ਤੋਂ ਵੀ ਗੁਰੂ ਸਾਹਿਬ ਸਾਡੀ ਕੌਮ ਨੂੰ, ਦੁਨੀਆ 'ਚ ਬੈਠੇ ਹੋਏ ਸਾਰਿਆਂ ਨੂੰ, ਕਿਉਂਕਿ ਸਰਬੱਤ ਤੱਕ ਭਲਾ ਦੀ ਅਰਦਾਸ ਵੀ ਗੁਰੂ ਸਾਹਿਬ ਨੇ ਹੀ ਸਿਖਾਈ ਹੈ, ਸਭ ਦਾ ਗੁਰੂ ਸਾਹਿਬ ਭਲਾ ਕਰਨ ਅਤੇ ਇਸ ਬਿਮਾਰੀ ਤੋਂ ਸਾਨੂੰ ਸਾਰਿਆਂ ਨੂੰ ਬਚਾ ਕੇ। ਇੱਕ ਵਾਰ ਫਿਰ ਵਿਸਾਖੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਪ੍ਰੀਤ ਸਿੰਘ ਕਾਂਗੜ, ਕੈਬਨਿਟ ਮੰਤਰੀ, ਪੰਜਾਬ ਸਰਕਾਰ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸੁਰਿੰਦਰ ਕੁਮਾਰ ਗਰਗ, ਕਾਰ ਸਾਧਕ ਅਫਸਰ, ਨਗਰ ਪੰਚਾਇਤ ਕੋਠਾ ਗੁਰੂ, ਜ਼ਿਲ੍ਹਾ ਬਠਿੰਡਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਮੈਂ ਚਰਨਜੀਤ ਕੌਰ ਢਿੱਲੋਂ, ਚੇਅਰਪਰਸਨ ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜ ਵਾਲਾ, ਆਪ ਸਭ ਨੂੰ ਵਿਸਾਖੀ ਦੇ ਇਸ ਸ਼ੁਭ ਦਿਹਾੜੇ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ। ਔਰ ਆਪ ਸਭ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜ ਵਾਲਾ ਵਿਖੇ ਨਿਊ ਐਡਮਿਸ਼ਨਸ ਸ਼ੁਰੂ ਹੋ ਚੁੱਕੀਆਂ ਨੇ। ਪਲੱਸ ਵਨ ਪਲੱਸ ਟੂ ਦੇ ਵਿੱਚ ਸਾਡੇ ਕੋਲ ਤਿੰਨੋਂ ਸਟ੍ਰੀਮਸ, ਮੈਡੀਕਲ, ਕਮਰਸ, ਆਰਟਸ, ਸਾਰੀਆਂ ਲੜਕੇ ਔਰ ਲੜਕੀਆਂ ਵਾਸਤੇ ਸ਼ੁਰੂ ਨੇ। ਉਮੀਦ ਕਰਦੇ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਸਾਰੇ ਪੇਰੈਂਟਸ, ਜਿਵੇਂ ਸਾਡਾ ਹੁਣ ਤੱਕ ਸਾਥ ਦਿੰਦਾ ਆਏ ਹੋ, ਅੱਗੇ ਵੀ ਇਸੇ ਤਰ੍ਹਾਂ ਹੀ ਦਿੰਦੇ ਰਹੋਗੇ। ਇੱਕ ਵਾਰ ਫਿਰ ਤੋਂ ਸਮੂਹ ਇਲਾਕਾ ਨਿਵਾਸੀਆਂ ਦਾ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਬਹੁਤ ਬਹੁਤ ਮੁਬਾਰਕਬਾਦ। ਮੈਂ ਪ੍ਰਿੰਸੀਪਲ ਰਜਿੰਦਰ ਕੁਮਾਰ, ਬਾਬਾ ਮੋਨੀ ਜੀ ਡਿਗਰੀ ਕਾਲਜ, ਆਪਣੇ ਵੱਲੋਂ ਆਪਣੀ ਸਮੂਹ ਮੈਨੇਜਮੈਂਟ ਅਤੇ ਬਾਬਾ ਮੋਨੀ ਜੀ ਗਰੁੱਪ ਆਫ ਇੰਸਟੀਟਿਊਸ਼ਨ ਲਹਿਰਾ ਮੁਹੱਬਤ ਦੇ ਸਮੂਹ ਸਟਾਫ ਵੱਲੋਂ ਪੰਜਾਬ ਵਾਸੀਆਂ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਵਿਸਾਖੀ ਦਾ ਤਿਉਹਾਰ ਪੰਜਾਬ ਵਾਸੀਆਂ ਲਈ ਖੁਸ਼ੀਆਂ ਭਰਿਆ ਰਹੇ ਅਤੇ ਪਰਮਾਤਮਾ ਸਾਰੇ ਪੰਜਾਬ ਵਾਸੀਆਂ ਨੂੰ ਤਰੱਕੀ ਬਖਸ਼ੇ। ਧੰਨਵਾਦ। ਸ਼੍ਰੀ ਭੋਲਾ ਸ਼ਰਮਾ, ਪ੍ਰਧਾਨ ਅਤੇ ਸਮੂਹ ਟਰੱਕ ਆਪਰੇਟਰ ਯੂਨੀਅਨ ਰਾਮਪੁਰਾ ਫੂਲ, ਡਿਸਟ੍ਰਿਕਟ ਬਠਿੰਡਾ ਵੱਲੋਂ ਸਮੂਹ ਦੇਸ਼ ਵਾਸੀਆਂ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਮੈਂ ਰਕੇਸ਼ ਕੁਮਾਰ ਗੋਇਲ, ਪ੍ਰਧਾਨ ਭਾਰਤੀ ਮਾਡਲ ਸਕੂਲ ਰਾਮਪੁਰਾ ਫੂਲ, ਸਮੂਹ ਦੇਸ਼ ਵਾਸੀਆਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਵਿਸਾਖੀ ਦੇ ਸ਼ੁਭ ਅਵਸਰ 'ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਪਰਮਾਤਮਾ ਅੱਗੇ ਦੁਆ ਕਰਦਾ ਹਾਂ ਵੀ ਇਸ ਦਿਹਾੜੇ 'ਤੇ ਇਹ ਦਿਹਾੜਾ ਸਭ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ। ਇਸ ਤੋਂ ਇਲਾਵਾ ਭਾਰਤੀ ਮਾਡਲ ਸਕੂਲ ਵਿੱਦਿਆ ਦੇ ਖੇਤਰ ਦੇ ਵਿੱਚ ਇਲਾਕੇ ਦੀ ਬਹੁਤ ਹੀ ਵਡਮੁੱਲੀ ਸੇਵਾ ਕਰ ਰਿਹਾ। ਸਾਡੀ ਪੂਰੀ ਮੈਨੇਜਮੈਂਟ ਦਾ ਇਹ ਪ੍ਰਣ ਹੈ ਵੀ ਅਸੀਂ ਇਸ ਸਕੂਲ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਾ ਹੈ ਅਤੇ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਨੂੰ ਮੁਫਤ ਸਿੱਖਿਆ ਦੇਣੀ ਹੈ। ਇੱਕ ਵਾਰ ਫਿਰ ਮੈਂ ਸਾਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਇਸ ਸ਼ੁਭ ਦਿਹਾੜੇ 'ਤੇ ਲੱਖ ਲੱਖ ਵਧਾਈ ਦਿੰਦਾ।
सिद्धार्थ कुमार MD अजीत इंडियन गैस सर्विस रामपुरा फूल जिला बठिंडा वालों समूह शहर वासियां अते समूह देश वासियां नूं विसाखी दे पवित्र दिहाड़े दियां लख लख वधाइयां। सुरेंद्र कुमार गर्ग कार साधक अफसर नगर कौंसिल रामपुरा फूल जिला बठिंडा वालों समूह देश वासियां अते समूह शहर वासियां नूं विसाखी दे पवित्र दिहाड़े दियां लख लख वधाइयां। हर्ष कुमार SDO PSPCL रामपुरा फूल जिला बठिंडा वालों समूह देश वासियां अते समूह शहर वासियां नूं विसाखी दे पवित्र दिहाड़े दियां लख लख वधाइयां। श्री सुरेंद्र जोड़ा उगे समाज सेवी हरिसंस ज्वेलर्स मेन चौंक रामपुरा फूल जिला बठिंडा वालों समूह शहर वासियां अते देश वासियां नूं विसाखी दे पवित्र दिहाड़े दियां लख लख वधाइयां।